ਮੈਂ ਹਾਂ ਜਗਰੂਪ ਬਰਾੜ ਐਮ ਐਲ اے ਸ਼ਰੀਫ ਲੀਡਵੜ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਅੱਜ 6 ਦਸੰਬਰ 2021 ਦੇ ਅਪਡੇਟਸ ਇਸ ਪ੍ਰਕਾਰ ਹਨ ਨੰਬਰ 1 ਜਿੱਥੇ-ਜਿੱਥੇ ਵੀ ਦਸੰਬਰ ਵਿੱਚ ਆਏ ਹੜ੍ਹਾਂ ਅਤੇ ਲੈਂਡਸਲਾਈਡਸ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਸਾਰੇ ਇਲਾਕਿਆਂ ਨੂੰ ਹੁਣ ਜਸਟਿਸ ਆਫ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮ ਦੇ ਲਈ ਯੋਗ ਬਲ ਘਾਰ ਕਰ ਦਿੱਤਾ ਗਿਆ ਹੈ ਇਹਨਾਂ ਇਲਾਕਿਆਂ ਵਿੱਚ ਸ਼ਾਮਲ ਹਨ ਸੂਬੇ ਦੇ ਨਾਰਥ-ਵੈਸਟ ਸਾਊਥ-ਵੈਸਟ, ਸੈਂਟਰਲ, ਸਾਊਥ-ਈਸਟ ਅਤੇ ਵੈਨਕੂਵਰ ਆਈਲੈਂਡ ਦੇ ਇਲਾਕੇ ਨੰਬਰ 2 ਜਿਹੜੇ ਆਰਮੀ ਦੇ ਆਫੀਸਰਜ਼ ਹਨ ਨਾਲ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਸਨ ਉਹਨਾਂ ਵਿੱਚੋਂ ਕੁਝ ਅੱਜ ਤੋਂ ਵਾਪਸ ਜਾਣੇ ਸ਼ੁਰੂ ਹੋ ਜਾਣਗੇ। ਇਹਨਾਂ ਵਿੱਚੋਂ 126 ਟ੍ਰੂਪ ਹਾਲੇ ਵੀ ਚਲਾਬਕ ਵਿੱਚ ਤਾਇਨਾਤ ਕੀਤੇ ਹੋਏ ਹਨ ਤਾਂ ਕਿ ਲੋੜ ਮੁਤਾਬਕ ਕਿਸੇ ਐਮਰਜੈਂਸੀ ਸਥਿਤੀ ਦੇ ਵਿੱਚ ਉਹ ਮਦਦ ਕਰ ਸਕਣ। ਨੰਬਰ 3 ਜਿਹੜੇ ਲੋਕਾਂ ਨੂੰ ਐਕੂਏਟ ਜਾਣੇ ਘਰ ਛੱਡ ਕੇ ਜਾਣ ਲਈ ਕਿਹਾ ਗਿਆ ਸੀ ਉਹਨਾਂ ਲਈ ਮਦਦ ਮਦਦ ਲਈ ਚੱਲ ਰਿਹਾ ਹੈ ਪ੍ਰੋਗਰਾਮ 15 ਦਸੰਬਰ ਤੋਂ ਲੋਕਲ ਸਰਕਾਰਾਂ ਤੋਂ ਲੈ ਕੇ ਰੈੱਡ ਕਰਾਸ ਨੂੰ ਦੇ ਦਿੱਤੇ ਜਾਣਗੇ ਅਤੇ ਪੰਡਿੰਗ ਸੂਬਾ ਸਰਕਾਰ ਵੱਲੋਂ ਦਿੱਤੀ ਜਾਏਗੀ ਨੰਬਰ 4 ਟਰਾਂਸਮਾਉਂਟਨ ਪਾਈਪਲਾਈਨ ਦੁਆਰਾ ਚਲਾ ਦਿੱਤੀ ਗਈ ਹੈ ਪਰ ਹਾਲੇ ਤੱਕ ਹਾਲਾਤ ਨਾਰਮਲ ਹੋਣ ਅਤੇ 30 ਲੀਟਰ ਦੇ ਫਿਊਲ ਜਿਹੜੇ ਆਰਡਰ ਨੇ ਉਹਨਾਂ ਨੂੰ ਵਾਪਸ ਲੈਣ ਲਈ ਸਮਾਂ ਲੱਗੇਗਾ ਹਾਈਵੇ ਪ੍ਰਤੀ ਜਾਣਕਾਰੀ ਹਾਈਵੇ 11 ਜੋ ਐਬਟਸਪੁਰ ਤੋਂ ਮਿਸ਼ਨ ਨੂੰ ਜੋੜਦਾ ਹੈ ਉਹ ਦੁਬਾਰਾ ਲੋਕਾਂ ਅਤੇ ਐਮਰਜੈਂਸੀ ਵਹੀਕਲ ਦੇ ਲਈ ਖੋਲ ਦਿੱਤਾ ਗਿਆ ਇਸ ਸਮੇਂ ਇੱਥੇ ਸਿਰਫ ਸਿੰਗਲ ਲੇਨ ਟ੍ਰੈਫਿਕ ਚੱਲ ਰਹੀ ਹੈ ਕਿਉਂਕਿ ਰਿਪੇਅਰ ਦਾ ਵਰਕ ਹਲੇ ਜਾਰੀ ਹੈ ਹਾਈਵੇ 99 ਜੋ ਇੱਕ ਲੈਂਡਸਲਾਈਡ ਹੋਣ ਕਰਕੇ ਬੁੱਧਵਾਰ ਰਾਤ ਨੂੰ ਬੰਦ ਕਰਨਾ ਪਿਆ ਸੀ ਹੁਣ ਇਹ ਹਾਈਵੇ 99 ਨੂੰ ਪੈਂਬਰਟਨ ਤੋਂ ਲੇਲੋਇਟ ਤੱਕ ਦੁਬਾਰਾ ਖੋਦ ਦਿੱਤਾ ਗਿਆ ਹੈ ਇਹ ਸਾਨੂੰ ਅੱਜ ਦੇ ਯਾਨੀ 6 ਦਸੰਬਰ 2021 ਦੇ ਅਪਡੇਟਸ ਅਤੇ ਇੱਕ ਵਾਰੀ ਫਿਰ ਅਸੀਂ ਇਸ ਬੁੱਧਵਾਰ ਨੂੰ ਹੜ੍ਹਾਂ ਨਾਲ ਸੰਬੰਧਿਤ ਅਪਡੇਟ ਦੁਬਾਰਾ ਫਿਰ ਲੋਕਾਂ ਸਾਹਮਣੇ ਪੇਸ਼ ਕਰਾਂਗੇ